ਖੋਲੂ ਬੋਲ ਜਾਂਦੇ ਸਰਕਾਰਾਂ ਹੈਲੀਕਾਪਟਰ ਤੇ ਨੇ, ਸਰਕਾਰਾਂ ਹੈਲੀਕਾਪਟਰ ਤੇ ਵੱਡੇ ਵੱਡੇ ਕਾਫਲੇ ਜਾ ਰਹੇ ਨੇ ਲਾਲ ਬੱਤੀਆਂ ਵਾਲੇ, ਤੇ ਇੱਕ ਪਾਸੇ ਸਾਈਕਲ ਨਹੀਂ ਨਸੀਬ ਹੋ ਰਿਹਾ। ਤੜਕੀ ਤੁਰ ਪੰਜਾ ਲੈ ਕੇ ਕਾਫਲਾ 100-100 ਡੇਢ ਸੌ ਗੱਡੀ ਦਾ, ਵਿੱਚ ਐਂਬੂਲੈਂਸਾਂ, ਵਿੱਚ ਫਾਇਰ ਬ੍ਰਿਗੇਡ ਵਾਲੀਆਂ, ਖੋਲੂ ਬੋਲ ਜਾਂਦੇ ਸਰਕਾਰਾਂ ਮੌਜਾਂ ਕਰਨ, ਲੋਕ ਭੁੱਖੇ ਮਰਨ, ਬਹੁਤੀ ਦੇਰ ਨਹੀਂ ਚੱਲਦਾ ਹੁੰਦਾ। ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਮਾਂ ਹੋਣੀ ਭੈਣ ਹੋਣੀ ਆ, ਘਰ ਵਾਲੀ ਦੇਖੋ ਕੋਈ ਕਾਫਲਾ ਜੀ ਦੇਖੋ ਸੀਐਮ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦਾ ਪੈਸਾ ਕਿੰਨਾ ਪੈਸਾ ਖਰਾਬ ਕਰ ਰਹੇ ਨੇ, ਕਮਾਲ ਦੀ ਗੱਲ। ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ। ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਫੇਸਬੁੱਕ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਵਾਇਰਲ ਕੀਤੀ, ਜਿਸ ਦੇ ਵਿੱਚ ਭਗਵੰਤ ਮਾਨ ਕਹਿ ਰਹੇ ਸਨ ਕਿ ਇਹ ਪੁਰਾਣੀਆਂ ਸਰਕਾਰਾਂ, ਜਿਸ ਵੇਲੇ ਸੁਖਬੀਰ ਸਿੰਘ ਬਾਦਲ ਜਾਂ ਫਿਰ ਕੈਪਟਨ ਦੀ ਸਰਕਾਰ ਹੋਵੇਗੀ, ਉਸ ਸਮੇਂ ਦੀ ਗੱਲ ਹੈ ਜਦੋਂ ਭਗਵੰਤ ਮਾਨ ਕਹਿ ਰਹੇ ਸੀ ਕਿ ਇਹ ਸਰਕਾਰਾਂ ਦੇ ਨੁਮਾਇੰਦੇ ਅਤੇ ਸਰਕਾਰਾਂ ਹੈਲੀਕਾਪਟਰ ਦੇ ਵਿੱਚ ਉਤਰਦੀਆਂ ਹਨ ਅਤੇ ਇਹਨਾਂ ਦੀਆਂ ਗੱਡੀਆਂ ਦਾ ਕਾਫਲਾ ਸੜਕਾਂ 'ਤੇ ਗਾਹ ਪਾਉਂਦਾ ਜਾਂਦਾ ਹੈ ਜੋ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਹੈ। ਪਰ ਸੁਖਬੀਰ ਸਿੰਘ ਬਾਦਲ ਨੇ ਇਹ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਅੱਜ ਤੂੰ ਕੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਤੂੰ ਆਪਣੀ ਕਿਸੇ ਗੱਲ 'ਤੇ ਤਾਂ ਖੜਾ ਹੋ ਜਾ, ਕਿਸੇ ਗੱਲ 'ਤੇ ਤਾਂ ਸਟੈਂਡ ਲੈ ਲੈ, ਜੋ ਤੂੰ ਗੱਲ ਪਹਿਲਾਂ ਪੁਰਾਣੀਆਂ ਕਹਿ ਰਿਹਾ ਸੀ ਸਾਡੇ ਬਾਰੇ ਉਹੀ ਕੰਮ ਤੂੰ ਅੱਜ ਖੁਦ ਕਰ ਰਿਹਾ, ਤਾਂ ਅੱਜ ਫਿਰ ਤੈਨੂੰ ਜਵਾਬ ਦੇਣਾ ਪਵੇਗਾ ਕਿ ਤੂੰ ਉਹੀ ਗੱਲਾਂ ਸਭ ਕੁਛ ਕਿਉਂ ਕਰ ਰਿਹਾ। ਜਦੋਂ ਸਾਡੀ ਇਹਨਾਂ ਗੱਲਾਂ 'ਤੇ ਭੰਡੀ ਕਰਕੇ ਤੂੰ ਵੋਟਾਂ ਲਈਆਂ ਹਨ ਅਤੇ ਇਲੈਕਸ਼ਨ ਜਿੱਤੀ ਹੈ, ਤਾਂ ਅੱਜ ਉਹੀ ਕੰਮ ਕਰਕੇ ਲੋਕਾਂ ਨੂੰ ਬੇਵਕੂਫ਼ ਕਿਉਂ ਬਣਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਹੀ, ਬਿਕਰਮਜੀਤ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੇ, ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਦੇ ਇਸ ਕਾਫਲੇ ਦੀ ਵੀਡੀਓ ਆਪਣੀ ਫੇਸਬੁੱਕ 'ਤੇ ਸਾਂਝੀ ਕੀਤੀ ਅਤੇ ਲੋਕਾਂ ਦੇ ਸਾਹਮਣੇ ਇਹ ਵੀਡੀਓ ਰੱਖੀ। ਵਿਰੋਧੀ ਧਿਰ ਦੇ ਸਾਰੇ ਨੇਤਾਵਾਂ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਜਦੋਂ ਪਹਿਲਾਂ ਇਹ ਸਭ ਕੁਝ ਗੱਲਾਂ ਦੇ ਤੂੰ ਵਿਰੁੱਧ ਸੀ, ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਗੱਲਾਂ 'ਤੇ ਹੀ ਲੋਕਾਂ ਦੇ ਕੋਲੋਂ ਵੋਟਾਂ ਲਈਆਂ ਨੇ, ਤਾਂ ਅੱਜ ਇਹੀ ਸਭ ਕੁਝ ਗੱਲਾਂ ਕਿਉਂ ਕਰ ਰਿਹਾ, ਅੱਜ ਕੌਣ ਤੇਰੇ ਕੋਲੋਂ ਸਵਾਲ ਪੁੱਛੇਗਾ। ਸਾਡਾ ਚੈਨਲ ਕਿਸੇ ਵੀ ਵੀਡੀਓ ਦੇ ਸੱਚ ਝੂਠ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਇਸ ਸਾਰੀ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ, ਭਗਵੰਤ ਮਾਨ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। ਨਾਲੇ ਸਾਡੇ ਚੈਨਲ 'ਤੇ ਆਉਣ ਵਾਲੀ ਹੋਰ ਨਵੀਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਧੰਨਵਾਦ ਜੀ। ਸਰਕਾਰਾਂ ਹੈਲੀਕਾਪਟਰ ਤੇ ਵੱਡੇ ਵੱਡੇ ਕਾਫਲੇ ਜਾ ਰਹੇ ਨੇ ਲਾਲ ਬੱਤੀਆਂ ਵਾਲੇ, ਤੇ ਇੱਕ ਪਾਸੇ ਸਾਈਕਲ ਨਹੀਂ ਨਸੀਬ ਹੋ ਰਿਹਾ। ਤੜਕੀ ਤੁਰ ਪੰਜਾ ਲੈ ਕੇ ਕਾਫਲਾ 100-100 ਡੇਢ ਸੌ ਗੱਡੀ ਦਾ, ਵਿੱਚ ਐਂਬੂਲੈਂਸਾਂ, ਵਿੱਚ ਫਾਇਰ ਬ੍ਰਿਗੇਡ ਵਾਲੀਆਂ, ਖੋਲੂ ਬੋਲ ਜਾਂਦੇ ਸਰਕਾਰਾਂ ਮੌਜਾਂ ਕਰਨ, ਲੋਕ ਭੁੱਖੇ ਮਰਨ, ਬਹੁਤੀ ਦੇਰ ਨਹੀਂ ਚੱਲਦਾ ਹੁੰਦਾ।